ਅੱਜ ਹੀ ਡਾਊਟ ਨਟ ਐਪ ਡਾਊਨਲੋਡ ਕਰੋ ਡਾਊਟ ਨਟ ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ ਫਿਜ਼ਿਕਸ ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ ਉਹ ਵੀ ਪੰਜਾਬੀ ਵਿੱਚ ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ ਉਸ ਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲੂਸ਼ਨ ਪਾਓ ਅਤੇ ਅਜੇ ਹੀ ਹੋਰ ਵੀਡੀਓ ਦੇਖਣ ਲਈ ਡਾਊਟ ਨਟ ਪੰਜਾਬੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਹੈਲੋ एवरीवन ਸਾਨੂੰ ਕੁਐਸਚਨ ਦਿੱਤਾ ਗਿਆ ਕੰਪਲੀਟ ਦਾ ਲਾਸਟ ਕਾਲਮ ਆਫ ਦਾ ਟੇਬਲ ਸੋ ਸਾਨੂੰ ਇਹ ਟੇਬਲ ਦਿੱਤਾ ਗਿਆ ਤੇ ਆਪਾਂ ਜਿਹੜੀ ਲਾਸਟ ਕਾਲਮ ਹੈਗਾ ਇਹ ਵਾਲਾ ਆਪਾਂ ਇਹਨੂੰ ਫਿਲ ਕਰਨਾ ਠੀਕ ਹੈ ਹੁਣ ਕੁਐਸਚਨ ਵੇਖਦੇ ਆ ਕਿ ਦਿੱਤਾ ਗਿਆ ਸਾਨੂੰ ਟੇਬਲ 'ਚ ਸੀਰੀਅਲ ਨੰਬਰ ਦਿੱਤਾ ਗਿਆ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਇਕੁਏਸ਼ਨ ਦਿੱਤੀ ਗਈ ਸਾਨੂੰ x 3 0 ਤੇ ਆਪਾਂ ਲਿਖਿਆ ਕਿ ਇਹ ਵੈਲਿਊ ਸਾਨੂੰ ਦਿੱਤੀ ਹੈ x 3 ਆਪਾਂ ਦੱਸਣਾ ਹੈ ਕਿ ਸੀ ਵੈਦਰ ਦਾ ਇਕੁਏਸ਼ਨ ਇਜ਼ ਸੈਟੀਸਫਾਈਡ অর ਨੋ ਮਤਲਬ ਜੇਕਰ x ਨੂੰ 3 ਜਿਹੜੀ ਸੈਟੀਸਫਾਈ ਕਰਨ ਦੀ ਇਕੁਏਸ਼ਨ ਨੂੰ ਕੀ ਨਹੀਂ ਤੋ ਆਪਾਂ ਪਹਿਲਾ ਕੁਐਸ਼ਨ ਫਰਦੇ ਸਭ ਤੋਂ ਪਹਿਲਾਂ ਕਿ ਸਾਨੂੰ ਇਕੁਏਸ਼ਨ ਦਿੱਤੀ ਗਈ ਹੈ x 3 0 ਠੀਕ ਹੈ ਸੋ x ਦੀ ਵੈਲਿਊ ਕੀ ਆ ਗਈ ਸਾਡੇ ਕੋਲ x -3 ਇਹਦਾ ਮਤਲਬ ਇਹ ਇਕੁਏਸ਼ਨ ਤਦੋਂ ਹੀ ਸੈਟੀਸਫਾਈ ਹੋਏਗੀ ਜੇ x ਦੀ ਵੈਲਿਊ -3 ਆਊਗੀ ਪਰ ਸਾਨੂੰ ਫਰਸਟ ਜਿੱਤਾ ਗਿਆ ਕਿ x 3 ਸੈਟੀਸਫਾਈ ਕਰੇਗੀ ਪਰ ਨਹੀਂ ਸੋ ਇਹਦਾ ਆਨਸਰ ਆਊਗਾ ਨੋ ਹੁਣ x 0 ਵੀ ਨਹੀਂ ਸੈਟੀਸਫਾਈ ਕਰੇਗੀ ਇਕੁਏਸ਼ਨ ਸਾਡੇ ਕੋਲ ਸੇਮ ਹੈਗੀ ਹੈ ਅਗਲਾ 3rd ਦੇਖੋ x 3 0 ਦਿੱਤਾ ਹੈ x -3 ਸੈਟੀਸਫਾਈ ਕਰੇਗਾ ਸੋ ਇਹਦਾ ਆਨਸਰ ਆ ਜਾਊਗਾ ਇਧਰ ਯੈਸ ਸੋ ਹੁਣ ਸੈਕੰਡ ਫੜਦੇ ਆਪਾਂ ਸੈਕੰਡ ਦਿੱਤਾ ਗਿਆ ਸਾਨੂੰ x 7 1 ਸੋ so, x ਦੀ ਵੈਲਿਊ ਕੀ ਹੋਊਗੀ ਇੱਥੋਂ ਕੱਢਾਂਗੇ ਆਪਾਂ x 8 ਸੈਟੀਸਫਾਈ ਹੋ ਗਿਆ ਇਹਦਾ ਮਤਲਬ ਇਸ ਇਕੁਏਸ਼ਨ ਨੂੰ ਜੀ ਸੈਟੀਸਫਾਈ ਹੋਣਾ ਹੈ ਤਾਂ ਇਹ ਫੋਰਸ ਦਿੱਤਾ x 7 ਸੋ ਪਰ ਇਹ ਸੈਟੀਸਫਾਈ ਨਹੀਂ ਹੋਊਗੀ ਸੋ ਨੋ ਆਊਗਾ x 8 ਯੈਸ ਇਹ ਸਾਡਾ ਆਨਸਰ ਹੈ ਸੋ ਯੈਸ ਇਧਰ ਆਊਗਾ हूँ थर्ड इक्शन वेखा गया सो तो थर्ड इक्शन सागी है फाइव एक्स इक्वल टू ट्वेंटी फाइव ठीक है तो इतों आप एक्स की वैल्यू कटते हैं तो एक्स की वैल्यू 5. So, तो so, A, no, आ जाएगी फाइव सो पर इधर दिता गया एक्स इक्वल टू जीरो सो ए नो आ जाऊगा अगली क्वेसन देखो फाइव एक्स इक्ल टू ट्वेंटी फाइव एक्स इक्वल टू फाइव एस सो यस आ जाऊगा ਅਗਲੀ ਹੈ 5x 25 ਤੇ x -5 ਨੂੰ no. ਕਿਉਂਕਿ x 5 ਹੀ ਸਾਡਾ ਆਨਸਰ ਹੈ ਇਕੁਏਸ਼ਨ ਦਾ ਹੁਣ ਅੱਗੇ ਵਧਦੇ ਆਪਾਂ ਅਗਲੀ ਇਕੁਏਸ਼ਨ ਸਾਡੇ ਕੋਲ ਦਿੱਤੀ ਹੈ m 3 2 ਠੀਕ ਹੈ ਇਧਰ ਆਪਾਂ m ਦੀ ਵੈਲਿਊ ਕੱਢ ਲੈਂਦੇ m 6 ਆ ਜਾਏਗਾ ਸੋ ਮਤਲਬ m ਦੀ ਵੈਲਿਊ 6 ਹੈਗੀ ਹੈ ਪਰ ਨਾਇਨਥ ਦੇਖੋ ਸਾਨੂੰ ਦਿੱਤਾ ਗਿਆ -6 ਹੈਗੀ ਹੈ ਪਰ ਇਹ ਨਹੀਂ ਹੈਗਾ ਸੋ ਨੋ m 0 a ਵੀ ਨਹੀਂ ਹੈਗਾ ਨੋ m equal to c so, yes. so, a ਐਸਾ ਆਨਸਰ ਆ ਸੋ ਯੈਸ ਸੋ ਇਹ ਆਪਾਂ ਟੇਬਲ ਪੂਰਾ ਸੋਲਵ ਕਰਤਾ ਸੋ ਥੈਂਕ ਯੂ ਫਾਰ ਵਾਚਿੰਗ